नगर लाहने दे विच जो अनहोनी हुई आ एक उथों दा किसान आ लाखने दा ही वह बिजली मुलाजमान के थ्रू पिंड दे विच वर्क करदा जिथे भी मुलाजम आने के उन्होंने खन क्योंकि सरकार के कोई मुलाजम नहीं गए ना भर्ती कर रही आ सानू इस तरीके मार रही आ जिहड़ी मोतिया जिस जवान मरिया साडा ये बिजली मुलाजम इहनू थोड़ा बहुता दे के 150 दिहाड़ीदार दे इहतों काम करवाउंदे ने अज उत्थे बिजली दफ्तर दे विच ट्राली कढ़न वास्ते गए ने उन्हें कहता मैं ट्राली कढ़ती आ तुसीं जाके अपना काम करो उहने दारू नाल रज्जिया सीगा अजे भी इत्थे वेख्या उहदी हालात जिहड़ी आ उह नशे वाली सी इह आण के खंभे ते चढ़ गया उह खंभे दीआं तारां दे विच बत्ती आउंदी सी जदों उहने हथ लाया उहनूं बत्ती पै गई आ उत्तों जदों डिग्गा उहदी मौत हो गई आ इस करके असीं सरकार नूं कहिंदे आ इत्थे पक्के मुलाजम लाए जाण इन्हां जवानां दी भर्ती कीती जावे ये जिहड़ा वा इहनूं बनदा माजवा सरकार वल्लों दित्ता जावे उह दोषी नूं जिहड़ी आ सख्त तों सख्त सज़ा दित्ती जावे। प्रधान जी अपना जी मेरा नाम सुच्चा सिंह किसान संघ जनरल सैकटरी आ। की मसला है जिहड़ा धरना लाया जी अज्ज? ਇਹ ਅੱਜ ਧਰਨਾ ਪਿੰਡ ਲਾਖਣੇ ਦਾ ਇੱਕ ਨੌਜਵਾਨ ਜੋ ਬਿਜਲੀ ਦੇ ਵਿੱਚ ਪ੍ਰਾਈਵੇਟ ਤੌਰ 'ਤੇ ਕੰਮ ਕਰਦਾ ਸੀਗਾ ਜਿਹਦਾ ਨਾਂ ਹਰਚੰਦ ਸਿੰਘ ਆ ਅਤੇ ਮਤਲਬ ਜਿਹੜੇ ਬਿਜਲੀ ਮਹਿਕਮੇ ਦੇ ਵਿੱਚ ਜਿਹੜੇ ਆ ਮੁਲਾਜ਼ਮਾਂ ਦੀ ਘਾਟ ਕਰਕੇ ਮਤਲਬ ਮੁਲਾਜ਼ਮਾਂ ਦੀ ਘਾਟ ਨੂੰ ਪੂਰਾ ਕਰਨ ਵਾਸਤੇ ਜਿਹੜੇ ਬਿਜਲੀ ਦੇ ਜਿਹੜੇ ਮੁਲਾਜ਼ਮ ਨੇ ਉਹ ਇਹਨਾਂ ਨੂੰ ਨਾਲ ਲੈ ਕੇ ਕੰਮ ਕਰਵਾਉਂਦੇ ਅਤੇ ਜਦੋਂ ਇਹ ਕੰਮ ਕਰ ਰਹੇ ਸੀਗੇ ਅਤੇ ਪਰਮਾਨੈਂਟ ਲੈਣ ਵਾਸਤੇ ਜਿਹੜੇ ਮੁਲਾਜ਼ਮ ਨੂੰ ਕਿਹਾ ਗਿਆ ਸੀ ਉਸ ਜੇ ਪਰਮਿਟ ਨਹੀਂ ਲਿਆ ਅਤੇ ਇਹਨਾਂ ਨੂੰ ਕਹਿਤਾ ਵੀ ਪਰਮਿਟ ਮੈਂ ਲੈ ਲਿਆ ਉਹ ਬਿਜਲੀ ਮੈਂ ਕੱਟਤੀ ਆ ਇਹ ਨੌਜਵਾਨ ਜਾ ਕੇ ਖੰਭੇ 'ਤੇ ਚੜ੍ਹ ਗਿਆ ਹਰਚੰਦ ਸਿੰਘ ਅਤੇ ਜਦੋਂ ਇਹ ਚੜ੍ਹਿਆ ਤਾਂ ਇਹਨੇ ਹੱਥ ਲਾ ਕੇ ਵੇਖਿਆ ਅਤੇ ਕਰੰਟ ਆ ਰਿਹਾ ਸੀ ਕਰੰਟ ਲੱਗਣ ਦੇ ਨਾਲ ਹਰਚੰਦ ਸਿੰਘ ਦੀ ਮੌਤ ਹੋ ਗਈ ਆ ਇਹ ਬਹੁਤ ਮਨਭਾਗੀ ਘਟਨਾ ਕਿਉਂਕਿ ਜਿਹੜੀਆਂ ਸਰਕਾਰਾਂ ਨੇ ਇਹ ਆਪਣੇ ਅੱਜ ਸਾਡਾ ਜਿਹੜਾ ਲਾਖਣੇ ਦਾ ਛੋਟੇ ਛੋਟੇ ਉਹਦੇ ਦੋ ਬੱਚੇ ਹਰਚੰਦ ਸਿੰਘ ਦੇ ਇਹ ਬੇਵਕਤੀ ਮੌਤ ਮਾਰਿਆ ਗਿਆ ਅਸੀਂ ਸਰਕਾਰ ਤੋਂ ਮੰਗ ਕਰਦੇ ਵੀ ਜਿੰਨਾ ਵੀ ਇਹਨਾਂ ਦਾ ਹੋ ਸਕਦਾ ਹੈ ਉਹ ਸਰਕਾਰੀ ਤੌਰ 'ਤੇ ਮੁਆਵਜ਼ਾ ਦਿੱਤਾ ਜਾਵੇ ਇਹਦੀ ਹੈਲਪ ਕੀਤੀ ਜਾਵੇ ਉਹ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਜਿਨ੍ਹਾਂ ਦੀ ਡਿਊਟੀ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਭਾਈ ਆਪਣਾ ਜੀ ਕੀ ਗੱਲ ਹੋਈ ਹੈ ਜੀ ਵੀਰ ਜੀ? ਛੋਟਾ ਭਾਈ ਬਿਜਲੀ ਦਾ ਇਹਨਾਂ ਨੇ ਨਾਲ ਕੰਮ ਕਰਦਾ ਸੀਗਾ ਬਿਜਲੀ ਇਹਨੇ ਬੰਦ ਕਰਾਈ ਇਹਨੇ ਪਿੱਛੋਂ ਬੰਦ ਕਰਾਈ ਦਾਰੂ ਪੀ ਕੇ ਲਾਈਟ ਚੱਲਦੀ ਉਹਨੇ ਬੰਦ ਕਰਾਈ ਆਪਣੇ ਲੋ ਜੋ ਤਾਰਾਂ ਨਾਲ ਲੱਗਿਆ ਦਾਰੂ ਪੀ ਕੇ ਕੌਣ ਬੈਠਾ ਸੀ ਭਾਜੀ ਜਿਹਦੀ ਡਿਊਟੀ ਆ ਅੰਦਰ ਉੱਥੇ ਕੀ ਨਾਮ ਕੀ ਹੈ ਉਹਨਾਂ ਦਾ ਨਾਮ ਕੀ ਸੀਗਾ ਉਹ ਜਿਹੜਾ ਅੰਦਰ ਸੀਗਾ ਬਿੱਕਰ ਸਿੰਘ ਬਿੱਕਰ ਸਿੰਘ ਹਾਂ ਤੇ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਗਈ ਜਾਂ ਧਰਨਾ ਲਾਉਣਾ ਪਿਆ ਜੀ ਅਜੇ ਤਾਂ ਕੋਈ ਵੀ ਕਾਰਵਾਈ ਸਵੇਰ ਤੱਕ ਨੂੰ ਘਰ ਬੈਠਾ ਨਾ ਉਹਦਾ ਪੁਲਿਸ ਨਾਲ ਕਰਾ ਰਹੇ ਨਾ ਉਹਦਾ ਕਰਾ ਰਹੇ ਮੈਡੀਕਲ ਕਰਾ ਰਹੇ ਕੁਛ ਨਹੀਂ ਕਰਾ ਰਹੇ ਕੀ ਮੰਗ ਕਰਦੇ ਹੋ ਤੁਸੀਂ ਮੰਗ ਇਹੀ ਕਰਦੇ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹਰਚੰਦ ਸਿੰਘ ਨਾਮਕ ਵਿਅਕਤੀ ਦੀ ਬਿਜਲੀ ਦਾ ਕਰੰਟ ਲੱਗਣ ਮੌਤ ਹੋਈ ਹੈ ਜੀ ਜਦ ਪਰਿਵਾਰ ਵੱਲੋਂ ਲਾਸ਼ ਥਾਣੇ ਦੇ ਪੁੱਗੇ ਰੱਖ ਕੇ ਧਰਨਾ ਦਿੱਤਾ ਗਿਆ ਸਰ ਕੀ ਮਾਮਲਾ ਹੈ ਕੀ ਕਾਰਵਾਈ ਕੀਤੀ ਗਈ ਹੈ ਜੀ ਅੱਜ ਸਾਨੂੰ ਸੂਬਾ ਇਤਲਾਹ ਆਈ ਸੀ ਕਿ ਹਰਚੰਦ ਸਿੰਘ ਪੁੱਤਰ ਮੇਜਰ ਸਿੰਘ ਨਾਂ ਦਾ ਸ਼ਖਸ ਸੀਗਾ ਜਿਹਦੀ ਇੱਕ ਬਿਜਲੀ ਦੇ ਤਾਰਾਂ ਦੇ ਲਟਕਣ ਦੇ ਨਾਲ ਮੌਤ ਹੋਈ ਸੀ ਅਤੇ ਬਾਕੀ ਉਹਦੀ ਜਿਹੜੀ ਪੋਸਟ ਬੋਡੀ ਹੈ ਜਿਹੜੀ ਪੋਸਟਮਾਰਟਮ ਵਾਸਤੇ ਆਪਾਂ ਭੇਜ ਦਿੱਤੀ ਹੈ ਹੋਸਪਿਟਲ 'ਚ ਬਾਕੀ ਜੋ ਫੈਕਟ ਸਾਹਮਣੇ ਆਉਂਦੇ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹਦੇ ਅਕੋਰਡਿੰਗ ਜਿਹੜਾ ਸੂਬਾ ਹੋਏਗਾ ਉਹਦੇ ਖਿਲਾਫ ਬੰਦੀ ਕਰਨੀ ਕੀਤੀ ਗਈ ਸਰ ਉਹਨਾਂ ਵੱਲੋਂ ਇੱਕ ਬਿਜਲੀ ਦੇ ਅਧਿਕਾਰੀ 'ਤੇ ਦੋਸ਼ ਵੀ ਲਗਾਏ ਜਾ ਰਹੇ ਨੇ ਸਰ ਕੀ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਇਹਦੇ ਵਾਸਤੇ ਜ਼ਿੰਮੇਵਾਰ ਕੌਣ ਹੈ ਅਤੇ ਜੋ ਇਨਵੈਸਟੀਗੇਸ਼ਨ ਚਾਹੇਗਾ ਉਹਦੇ ਅਕੋਰਡਿੰਗ ਆਪਾਂ ਉਹਨੂੰ ਆਪਣਾ ਸ਼ਾਮਿਲ ਕੀਤੀ ਸੀ।